ਫਿਰਦੇ ਥੂੜਾ ਪੱਟਦੀ ਗਧਿਆਂ ਦੀ ਰਾਣੀ ਓਏ ਫਿਰਦੇ ਥੂੜਾ ਪੱਟਦੀ ਗਧਿਆਂ ਦੀ ਰਾਣੀ ਟਿੱਡਾ ਟਿੱਡਾ ਤੱਕ ਦੀ ਮੁੰਡਿਆਂ ਦੀ ਟਾਣੀ ਟੋਲ ਟਮੱਕੇ ਵਜਦੇ ਨਾਲ ਖੜ ਕੇ ਧੜਕੇ ਹਾਏ ਨਖਰ ਪਾਉਂਦੀ ਬੋਲੀਆਂ ਹੱਥ ਚਮਟਾ ਫੜ ਕੇ ਲਖਰ ਪਾਉਂਦੀ ਬੋਲੀਆਂ ਹੱਥ ਚਮਟਾ ਫੜ ਕੇ ਓਏ ਲਛੀਏ ਆਏ ਲਛੀਏ ਐਸਾ ਦਿਲਦਾਰ ਮਿਲੇ ਜੀ ਦੇ ਕੋ ਪਿਆਰ ਮਿਲੇ ਐਸਾ ਦਿਲਦਾਰ ਮਿਲੇ ਜੀ ਦੇ ਕੋ ਪਿਆਰ ਮਿਲੇ ਕਰੀਨਾ ਕਿਸੇ ਤੇ ਤੋਬਾਰ ਕਛੀਏ ਨੀ ਲਛੀਏ ਆਏ ਲਛੀਏ ਮੈਂ ਕਹਿੰਨੀ ਵੀ ਹੋਰ ਤੇ ਕਸਮੰਦਰ ਆ ਪਿਆਰ ਦਾ ਸਾਗਰ ਹਨ ਤੇ ਇਹਦੇ ਚੋਂ ਚੁੱਭੀਆਂ ਮਾਰ ਮਾਰ ਕੇ ਰਿਸਪੈਕਟ ਲਓ ਇੱਕ ਸਵਾਲ ਮੈਮ ਮੈਂ ਤੁਹਾਡੇ ਤੋਂ ਜ਼ਰੂਰ ਕਰਨਾ ਚਾਹੂੰਗੀ ਸਿੱਧੂ ਮੂਸੇਵਾਲੇ ਦੇ ਬਾਰੇ ਬਹੁਤ ਪਿਆਰ ਸੀਗਾ ਤੁਹਾਡਾ بڑے ਲਾਈਕ ਲਾਈਵ ਸ਼ੋਜ਼ ਦੇ ਵਿੱਚ ਵੀ ਤੁਸੀਂ ਉਹਨਾਂ ਦਾ ਜ਼ਿਕਰ ਕਰਦੇ ਹੋ ਜੇ ਅੱਜ ਉਹ ਤੁਹਾਨੂੰ ਦੇਖਦੇ ਇਸ ਫਿਲਮ ਦੇ ਵਿੱਚ ਤੇ ਕਿਸ ਤਰ੍ਹਾਂ ਅੰਦਰ ਰਿਸਪੌਂਸ ਮੈਨੂੰ ਲੱਗਦਾ ਉਹ ਮੈਨੂੰ ਹਮੇਸ਼ਾ ਹੀ ਵੇਖਦਾ ਬਸ ਮੈਂ ਇਹ ਅਰਦਾਸ ਕਰਦੀ ਆਂ ਬਸ ਨਿੱਕੇ ਪੈਰੀ ਸਾਨੂੰ ਸਾਡਾ ਸ਼ੁਭ ਵਾਪਸ ਕਰ ਦੇ ਇਹ ਉਹਨਾਂ ਮਰਦਾਂ ਬਾਰੇ ਤੇ ਹੈ ਇਹ ਫਿਲਮ ਜੋ ਸਿਰਫ ਔਰਤ ਨੂੰ ਟਾਰਚਰ ਕਰਨਾ ਜਾਂਦੇ ਲਾਵਾ ਫੇਰੇ ਲੈ ਕੇ ਕਬਜ਼ਾ ਕਰ ਲੈਂਦੇ ਆ ਤੇ ਸੋ ਜਸਵਿੰਦਰ ਬਰਾੜ ਜੀ ਦੇ ਬੂਹੇ ਕਦੋਂ ਖੁੱਲੇ ਸੀ ਜ਼ਿੰਦਗੀ ਦੇ ਮੈਂ ਜ਼ਰੂਰ ਜਾਨਣਾ ਚਾਹੂੰਗੀ ਕਿਹੜਾ ਉਹ ਮੂਮੈਂਟ ਹੈ ਜਿਹੜਾ ਤੁਹਾਨੂੰ ਅੱਜ ਵੀ ਭਾਵੁਕ ਕਰਦਾ ਹੈ ਲਾਈਫ ਦਾ ਮੂਮੈਂਟ ਬੂਹੇ ਬਾਰੀਆਂ ਗਾਇਕੀ ਲਾਈਨ 'ਚ ਖੋਲਣ ਲਈ ਆਸੇ-ਪਾਸੇ ਬਹੁਤ ਮਨਾਈਆਂ ਸੀ ਬਹੁਤ ਚਰਚੇ ਸੀ ਪਰ ਮੇਰੇ ਮੰਮੀ ਪਾਪਾ ਅਸੀਂ ਚਾਰ ਭੈਣ ਭਰਾ ਮੇਰੇ ਬ੍ਰਦਰ ਦੇੰਦਰ ਸਿੰਘ ਬਰਾੜ ਅਸੀਂ 7 ਮੈਂਬਰ ਸੀ ਜਿਨ੍ਹਾਂ ਨੇ ਪਹਿਲੀ ਵਾਰ ਪਿੰਡ ਚੋਂ ਠਕ ਕੇ ਬਟਨ ਡਿਆ ਕੇ ਬੂਹੇ ਬਾਰੀਆਂ ਖੋਲੀਆਂ ਸੀ ਵੀ ਨਹੀਂ ਅਸੀਂ ਕੁਛ ਕਰਨਾ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲ੍ਹ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਬਈ ਬੂਹੇ ਬਾਰੀਆਂ ਦਾ ਟ੍ਰੇਲਰ ਆ ਚੁੱਕਾ ਹੈ ਤੁਸੀਂ ਸਾਰਿਆਂ ਨੇ ਦੇਖਿਆ ਲੇਕਿਨ ਟ੍ਰੇਲਰ ਦੇ ਵਿੱਚ ਜਿਹੜੇ ਐਕਚੁਅਲ ਦੇ ਵਿੱਚ ਰੰਗ ਬੰਨੇ ਨੇ ਨਾ ਉਹ ਪਰਸਨੈਲਿਟੀ ਅਜ ਮੇਰੇ ਨਾਲ ਹੈਗੀ ਆ ਸੁਰਾਂ ਦੀ ਮਲਿਕਾ ਜਸਵਿੰਦਰ ਬਰਾੜ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਸਿਕਾ ਜੀ ਡਾਇਲੌਗਸ ਆਪਾਂ ਡਿਲੀਵਰ ਕਰ ਦਿੰਨੇ ਆ ਫਿਲਮ ਬਣਾ ਲੈਨੇ ਸਾਰਾ ਜਦ ਤੱਕ 뮤직 ਗਾਣੇ ਨਾ ਹੋਣ ਫਿਲਮ ਅਧੂਰੀ ਆ ਬਿਲਕੁਲ ਸੀ ਬਿਲਕੁਲ ਬਿਲਕੁਲ ਮੈਨੂੰ ਇਸ ਮੂਵੀ ਚ ਸਭ ਤੋਂ ਵਧੀਆ ਗੱਲ ਇਹ ਲਗੀ ਵੀ ਗਾਣਿਆਂ ਪ੍ਰਤੀ ਬੜਾ ਇਨਸਾਫ ਹੋਇਆ ਹੈ ਹੈਨਾ ਸਟੋਰੀ ਮੁਤਾਬਕ ਹਰ ਗਾਣਾ ਇਹਦੇ ਚ ਪਾਇਆ ਗਿਆ ਸੋ ਜਸਵਿੰਦਰ ਬਰਾੜ ਜੀ ਦੇ ਕੋਲੋਂ ਜਦੋਂ ਸਕ੍ਰਿਪਟ ਪਹੁੰਚਦੀ ਹੈ ਕਿ ਆ ਖਾੜਾ ਜਿਹੜਾ ਫਿਲਮ ਦੇ ਵਿੱਚ ਲੱਗਣਾ ਜਸਵਿੰਦਰ ਬਰਾੜ ਨੇ ਲਾਉਣਾ ਹੈ ਜਿਹੜੀਆਂ ਰੌਣਕਾਂ ਜਿਹੜਾ ਗਾਹ ਪੈਣਾ ਫਿਲਮ ਦੇ ਵਿੱਚੋਂ ਜਸਵਿੰਦਰ ਬਰਾੜ ਦੇ ਗਾਣਿਆਂ ਚ ਹੀ ਪੈਣਾ ਸੋ ਇਹ ਕਿਸ ਤਰ੍ਹਾਂ ਦਾ ਸਬੱਬ ਬਣਿਆ ਲੈ ਕਿਸ ਤਰ੍ਹਾਂ ਦਾ ਨੇ ਮੇਰੇ ਕੋਲ ਮਤਲਬ ਕੁਝ ਨਹੀਂ ਪਹੁੰਚਿਆ ਸੀ ਮੇਰਾ ਸਿਰਫ ਇਹ ਸੀ ਵੀ ਤੁਸ ਗਾਣਾ ਗਾਉਣਾ ਹੈ ਨਾ ਸਟੇਜ ਥੋੜਾ ਖਾੜਾ ਮਤਲਬ ਪ੍ਰਬੈਂਸ ਨੇ ਲਿਖਿਆ ਸੀ ਤੇ ਮਿਊਜ਼ਿਕ ਸੀ ਰਾਤ ਨੂੰ ਰਾਤ ਬੱਚੇ ਬੜੇ ਇੰਟੈਲੀਜੈਂਟ ਨੇ ਉਹ ਮੈਂ ਡੱਬ ਕੇ ਤਾਂ ਤੇ ਦੂਸਰੇ ਦਿਨ ਮਤਲਬ ਇੱਕ ਖਾੜਾ ਸ਼ੂਟ ਕਰਨਾ ਸੀ ਤੇ ਜਦੋਂ ਜਗਦੀਪ ਜੀ ਤੇ ਅਸੀਂ ਬੈਠ ਕੇ ਦੋ ਤਿੰਨ ਟੇਕ ਦੇ ਕੇ ਕਹਿੰਦੇ ਮੈਮ ਤੁਸੀਂ ਟਾਈਮ ਕਿਉਂ ਨਹੀਂ ਕੱਢਿਆ ਫਿਲਮ ਲਈ ਮੈਂ ਕਿਹਾ ਤੁਸੀਂ ਆਫਰ ਹੀ ਨਹੀਂ ਕੀਤਾ ਕਹਿੰਦੇ ਤੁਹਾਡੇ ਕੋਲ ਪ੍ਰੋਗਰਾਮ ਜ਼ਿਆਦਾ ਹੁੰਦੇ ਮੈਂ ਕਿਹਾ ਤੁਜੀ ਕਹਿ ਕੇ ਤਾਂ ਦੇਖਦੇ ਮੈਂ ਪ੍ਰੋਗਰਾਮਾਂ ਚੋਂ ਟਾਈਮ ਕੱਢ ਲੈਂਦੀ ਤੇ ਐਟੇ ਟਾਈਮ ਹੀ ਉਹਨਾਂ ਨੇ ਮਤਲਬ ਕਹਿੰਦੇ ਮੈਂ ਕਿਹਾ ਮੈਂ ਟਾਈਮ ਦੇ ਸਕਦੀ ਕਹਿੰਦੇ ਐਟੇ ਟਾਈਮ ਜੋ ਕੁਝ ਹੋਇਆ ਐਟੇ ਟਾਈਮ on the spot ਇੰਨਾ ਜ਼ਿਆਦਾ ਤੁਸੀਂ ਲਾਈਕ ਇੰਨਾ ਅੱਛਾ ਰਿਸਪੌਂਸ ਟ੍ਰੇਲਰ ਨੂੰ ਤੁਹਾਡੇ ਗਾਣਿਆਂ ਨੂੰ ਇੰਨਾ ਅੱਛਾ ਰਿਸਪੌਂਸ ਮਿਲ ਰਿਹਾ ਤੇ ਮਤਲਬ ਆਪਣੀ ਇੰਡਸਟਰੀ ਦੇ ਵਿੱਚ on the spot ਵਾਲੇ ਵੀ ਆਰਟਿਸਟ ਹੈਗੇ ਨੇ ਜਿਹੜੇ ਕਰ ਸਕਦੇ ਨੇ ਔਰ ਇਹ ਮਿਸਾਲ ਤੁਸੀਂ ਸੈੱਟ ਕਰਦੇ ਨਹੀਂ on the spot ਮੈਂ ਇਹ ਕਹਿ ਸਕਦੀ ਵੀ ਜਿਵੇਂ ਜਗਦੀਪ ਜੀ ਨਹਿਰੂ ਜੀ ਸਾਰੀ ਟੀਮ ਪਰੋਸਾ ਕਰਨ ਵਾਲੀ ਵੀ ਹੋਵੇ ਇਹਨਾਂ ਨੇ ਮੇਰੇ ਤੇ on the spot ਪਰੋਸਾ ਕੀਤਾ ਫਿਰ ਤਾਂ ਮੈਨੂੰ ਏਕ ਖੁਸ਼ੀ ਮਿਲੀ ਸੋ ਮੈਮ ਥੋਡੀ ਜੇਕਰ ਮੈਂ ਗੱਲ ਕਰਾਂ ਤੁਹਾਡੇ ਹਿਸਾਬ ਨਾਲ ਫਿਲਮ ਦੇ ਵਿੱਚ ਬੂਹੇਬਾਰੀਆਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਆਪਣੇ ਆਪ ਨੂੰ ਖੁੱਲ ਕੇ ਅੱਗੇ ਲੈ ਕੇ ਆਓ ਤੁਸੀਂ ਦਬਣਾ ਨਹੀਂ ਖਾਸ ਤੌਰ ਤੇ ਜਿਹੜੀਆਂ ਲੇਡੀਜ਼ ਨੇ ਜਿਨ੍ਹਾਂ ਨੂੰ ਦਬਾਇਆ ਜਾਂਦਾ ਆਪਣੇ ਰਾਈਟਸ ਨਹੀਂ ਮਿਲਦੇ ਹੱਕ ਨਹੀਂ ਮਿਲਦੇ ਸੋ ਉਹਨਾਂ ਨੂੰ ਮੈਸੇਜ ਦੇ ਰਹੀ ਹੈ ਫਿਲਮ ਸੋ ਪਹਿਲਾਂ ਤਾਂ ਮੈਂ ਜ਼ਰੂਰ ਜਾਨੂਗੀ ਕਿ ਇਸ ਟਾਈਟਲ ਬਾਰੇ ਤੁਸੀਂ ਕੀ ਕਹਿੰਦੇ ਹੋ ਕਿਉਂਕਿ ਇਹ ਟਾਈਟਲ ਬਹੁਤ ਜ਼ਿਆਦਾ ਮਾਇਨੇ ਰੱਖਦਾ ਸਾਰਿਆਂ ਦੇ ਲਈ ਜਿਵੇਂ ਇੱਕ ਬੂਹਾ ਕਿ ਅੱਗੇ ਬਜ਼ੁਰਗ ਕਹਿੰਦੇ ਹੁੰਦੇ ਸੀ ਬਾਰੀਆਂ ਨੂੰ ਮਿਸਤਰੀ ਨੂੰ ਵੀ ਯਾਰ ਕੱਲਾ ਬੁਹਾ ਨਹੀਂ ਹਵਾ ਓਨਲੀ ਬਾਰੀਆਂ ਵੀ ਹੋਣੀਆਂ ਚਾਹੀਦੀ ਹੈ ਨਾ ਨਹੀਂ ਹਮਸ ਹੋ ਜਾਊਗਾ ਘੁੰਮ ਹੋ ਜਾਊਗਾ ਸਾਂ ਬੰਦ ਹੋਊਗਾ ਹਾਂ ਤੇ ਇਸ ਫਿਲਮ ਦੇ ਅੰਦਰ ਬਾਰੀਆਂ ਦੀ ਬਹੁਤ ਤਕੜੀ ਐਮਿਤ ਦਿਖਾਈ ਗਈ ਹੈ ਤੇ ਇਹ ਇਹ ਨਹੀਂ ਵੀ ਇੱਕਾ ਸਿਰਫ ਜੌਬ ਬਾਰੇ ਗੱਲ ਕਰਾਂਗੇ ਲੇਡੀਜ਼ ਬਾਰੇ ਇਹ ਦਿਖਾਇਆ ਗਿਆ ਵੀ ਜਿਹੜਾ ਵੀ ਤੁਹਾਡੇ ਚ ਟੈਲੈਂਟ ਹੈ ਕੋਈ ਸिलाई ਕਰਦੀ ਹੈ ਕਿਸੇ ਨੂੰ ਕੱਢਣਾ ਅੱਛਾ ਲੱਗਦਾ ਹੈ ਕਿਸੇ ਨੂੰ ਕੋਈ ਕੰਮ ਅੱਛਾ ਲੱਗਦਾ ਕਿਸੇ ਨੂੰ ਕੋਈ ਕੰਮ ਅੱਛਾ ਲੱਗਦਾ ਵੀ ਪਹਿਲਾ ਪਿਆਰ ਨਾਲ ਮਨਾਓ ਹੈਨਾ ਫਿਰ ਉਸ ਤੋਂ ਬਾਅਦ ਕੋਸ਼ਿਸ਼ ਕਰੋ ਵੀ ਤੁਸੀਂ ਕਹੋ ਨਹੀਂ ਜੀ ਮੇਰੇ ਚ ਹੀ ਹੌਨਰ ਹੈਗਾ ਜੇ ਤੁਸੀਂ ਮੇਰਾ ਸਾਥ ਦਿੰਨੇ ਹੋ ਤਾਂ ਠੀਕ ਹੈ ਮਤਲਬ ਮੈਂ ਇਹ ਕਰ ਸਕਦੀ ਆ ਮੈਂ ਇਹ ਕਰ ਸਕਦੀ ਆ ਵਾਲਾ ਮਤਲਬ ਬੂਹੇ ਬਾਰੀਆਂ ਜਜ਼ਬਾ ਇਹ ਉਹ ਉਹ ਖੋਲਿਆ ਬਾਕੀ ਇਹ ਨਹੀਂ ਵੀ ਤਾੜੀ ਦੋਨੋਂ ਹੱਥਾਂ ਨਾਲ ਵੱਜਦੀ ਹੈ ਸਮਾਜ ਦੇ ਅੰਦਰ ਮਰਦ ਤੋਂ ਬਿਨਾਂ ਵੀ ਔਰਤ ਕੁਝ ਨਹੀਂ ਇਹ ਉਹਨਾਂ ਮਰਦਾਂ ਪ੍ਰਤੀ ਹੈ ਇਹ ਫਿਲਮ ਜੋ ਸਿਰਫ ਔਰਤ ਨੂੰ ਟੌਰਚਰ ਕਰਨਾ ਜਾਂਦੇ ਲਾਵਾ ਫੇਰੇ ਲੈ ਕੇ ਕਬਜ਼ਾ ਕਰ ਲੈਂਦੇ ਉਹਤੇ ਹੈਨਾ ਵੀ ਜੀ ਹੁਣ ਬਸ ਲਾਵਾ ਫੇਰੇ ਹੋ ਗਏ ਮਾਪੇ ਆਪਣੇ ਮੇਰੇ ਘਰੇ ਤੋਰਤੀ ਮੈਂ ਇਹਨੂੰ ਕੁੱਟ ਵੀ ਸਕਦਾ ਮੈਂ ਇਹਨੂੰ ਗਾਲ੍ਹਾਂ ਵੀ ਦੇ ਸਕਦਾ ਮੈਂ ਇਹਨੂੰ ਟੌਰਚਰ ਵੀ ਕਰ ਸਕਦਾ ਜਿਵੇਂ ਮੇਰਾ ਮਨ ਕਰੇ ਮੈਂ ਇਹਨੂੰ ਰੱਖ ਸਕਦਾ ਹੈਨਾ ਸੋ ਮਤਲਬ ਵੈਂਟੀਲੇਸ਼ਨ ਜ਼ਿੰਦਗੀ ਦੇ ਵਿੱਚ ਜ਼ਰੂਰੀ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਹੈਨਾ ਤੇ ਮੈਂ ਕਹਿੰਦੀ ਬਈ ਔਰਤ ਇੱਕ ਸਮੁੰਦਰ ਹੈ ਪਿਆਰ ਦਾ ਸਾਗਰ ਹੈ ਹੈਨਾ ਤੇ ਇਹਦੇ ਚੋਂ ਚੁੱਭੀਆਂ ਮਾਰ-ਮਾਰ ਕੇ ਰਿਸਪੈਕਟ ਲਓ ਪਿਆਰ ਲਓ ਸਤਕਾਰ ਲੋ ਕਿਉਂ ਤਾਰਚਰ ਕਰਦੇ ਹੋ ਕਿ ਉਹ ਬੁਹੇਬਾਰੀਆਂ ਖੋਲਣ ਤੇ ਆਪ ਮਜਬੂਰ ਹੋਵੇ ਕਿਉਂ ਨਾ ਤੁਸੀਂ ਆਪ ਹੀ ਉਹਨਾਂ ਲਈ ਬੁਹੇਬਾਰੀਆਂ ਖੋਲ ਲਓ ਵੀ ਲੈ ਐਸ਼ ਕਰ ਮੈਂ ਤੇਰੇ ਨਾਲ ਆ ਕੀ ਵਾਦ ਹੈ ਸੋ ਬਹੁਤ ਦਮਦਾਰ ਕਿਰਦਾਰ ਨੇ ਇਸ ਫਿਲਮ ਦੇ ਵਿੱਚ ਤੁਸੀਂ ਵੀ ਅਖਾੜਾ ਲਖਾਇਆ ਲਗਾਇਆ ਜਿਹੜਾ ਬੜਾ એનਰਜੈਟਿਕ ਤੁਹਾਡਾ ਅਖਾੜਾ ਟ੍ਰੇਲਰ ਦੇ ਵਿੱਚ ਅਸੀਂ ਦੇਖਿਆ ਸੋ ਹਰ ਇੱਕ ਕਿਰਦਾਰ ਨੂੰ ਬੜੇ ਵਾਕੂ ਵੀ ਢੰਗ ਦੇ ਨਾਲ ਵੱਡੇ ਪਰਦੇ ਤੇ ਪੇਸ਼ ਕੀਤਾ ਗਿਆ ਸੋ ਇਹ ਜਿਹੜੀਆਂ ਬਾਕੀ ਦੀਆਂ ਲੇਡੀਜ਼ ਨੇ ਲੇਡੀਜ਼ ਨਹੀਂ ਕਹੂੰਗੀ ਮੈਂ ਕੁੜੀਆਂ ਕਹੂੰਗੀ ਬਹੁਤ એનર્ਜੀ ਦਿਖਾਈ ਇਹਨਾਂ ਨੇ ਤੇ ਇਹਨਾਂ ਬਾਰੇ ਤੁਸੀਂ ਕੀ ਕਹਿੰਦੇ ਕਿਉਂਕਿ ਜਿਹੜਾ ਇੱਕ ਫੈਮਲੀ ਬਣ ਗਈ ਕਿਉਂਕਿ ਬਿਲਕੁਲ ਨਹੀਂ ਲੱਗ ਰਿਹਾ ਕਿ ਤੁਸੀਂ ਸਾਰੇ ਲਾਈਕ ਅ ਕੈਰੈਕਟਰ ਦੇ ਵਿੱਚ ਕੰਮ ਕਰ ਰਹੇ ਹੋ ਐਂ ਲੱਗ ਰਿਹਾ ਕਿ ਕਿਸੇ ਬਹੁਤ ਸੋਲਿਡ ਟੀਮ ਨੇ ਕੰਮ ਕੀਤਾ ਪਹਿਲਾਂ ਤਾਂ ਮੈਨੂੰ ਬੜਾ ਵੀ ਮੈਂ ਪੰਗੂ ਮੈਮ ਨੂੰ ਮਿਲਾਂ ਰਹੀ ਸੀ ਮੈਮ ਨੂੰ ਮਿਲਾਂ ਰੁਪਿੰਦਰ ਮੈਮ ਨੂੰ ਮਿਲਾਂ ਕਿਉਂਕਿ ਮੈਂ ਪੰਜਾਬੀ ਫਿਲਮਾਂ ਚ ਇਹਨਾਂ ਸਾਰਿਆਂ ਨੂੰ ਦੇਖਦੇ ਰਹਿੰਦੇ ਸੀ ਤੇ ਰੁਪਿੰਦਰ ਮੈਮ ਨੂੰ ਮਿਲਾਂ ਸਾਰਿਆਂ ਨੂੰ ਮਿਲਾਂ ਪਹਿਲਾਂ ਤਾਂ ਮੇਰਾ ਰੱਬ ਨੇ ਉਹ ਕ੍ਰੇਜ਼ ਪੂਰਾ ਕੀਤਾ ਇਸ ਮੂਪੇ ਦੇ ਅੰਦਰ ਹਨ ਵੀ ਮੈਂ ਐਸੇ ਕਲਾਕਾਰਾਂ ਦੇ ਦਰਸ਼ਨ ਕੀਤੇ ਵੀ ਜਿਹੜਾ ਮੇਰਾ ਇੱਕ ਸੁਪਨਾ ਸੀ ਹਨਾ ਵੀ ਮੈਂ ਇਹਨਾਂ ਨੂੰ ਦੇਖ ਕਿਉਂਕਿ ਇਹਨਾਂ ਦੇ ਕੈਰੈਕਟਰ ਇਹਨੇ ਦਮਦਾਰ ਹੰਦ ਨੇ ਤੇ ਹਰ ਇੱਕ ਦਾ ਮੈਲਨ ਉਹ ਜੀ ਕਰਦਾ ਕਿਉਂਕਿ ਮੇਰੀ ਜਿਹੜੀ ਲਾਇਨ ਸੀ ਉਹ ਗਾਇਕੀ ਦੀ ਸੀ ਗਾਇਆ ਘਰੇ ਆ ਗਏ ਹੈਨਾ ਤੇ ਜਦੋਂ ਸਭ ਤੋਂ ਪਹਿਲੀ ਖੁਸ਼ੀ ਤਾਂ ਮੇਰੀ ਇਹ ਪੂਰੀ ਹੋਈ ਵੀ ਮੈਂ ਸਾਰਿਆਂ ਨੂੰ ਮਿਲੇ 네ਰੂ ਜੀ ਨੂੰ ਮਿਲੇ ਰਵੀਨਾ ਨੂੰ ਮਿਲੇ 네ਰੂ ਜੀ ਦੀ ਮੈਂ ਫੈਨ ਹੋਈ ਸੀਗੀ ਜਟਾ ਟੈਂਡ ਜੋਲੀਟ ਤੋਂ ਨਾ ਚਿੜ ਜਾ ਬਿੱਚੂ ਜਾ ਜਦ ਸੁਣੀ ਜੀ ਪੰਜਾਬੀ ਚ ਪੋਲੂ ਜਾਂ ਕਹਿੰਦੇ ਆ ਨਾ ਤੇ ਮੈਨੂੰ ਸਾਰਿਆਂ ਨੂੰ ਮਿਲੰਦਾ ਤੇ ਰੇਜ਼ ਨੇ ਮੈਂ ਵਾਹਿਗੁਰੂ ਦਾ ਸ਼ੁਕਰ ਅਦਾ ਕਰਦੀ ਹਾਂ ਵੀ ਮੈਨੂੰ ਉਹ ਦਿੱਤਾ ਮਹਾਰਾਜ ਨੇ ਉਸ ਤੋਂ ਵੱਡਾ ਤੋਹਫਾ ਮੈਨੂੰ ਮਹਾਰਾਜ ਨੇ ਦਿੱਤਾ ਵੀ ਜਿਹੜੇ ਡਾਇਰੈਕਟਰ ਸੀਗੇ ਨਿਰੂ ਜੀ ਸੀ ਉਹਨਾਂ ਨੇ ਇੱਜ਼ਤ ਬਹੁਤ ਮੈਨੇ ਦਿੱਤੀ ਸੱਚੀ ਹੁਣ ਮੈਨੂੰ ਇੱਕ ਗੱਲ ਉਹ ਲੱਗਦੀ ਆ ਕਹਿੰਦੀ ਉਹਨਾਂ ਮੈਨੂੰ ਵਿਆਹ ਦਾ ਚਾਹ ਨਹੀਂ ਜਿੱਨੇ ਹੁਣ ਮੈਨੂੰ ਵਿਛੜਨ ਦਾ ਦੋਖਾ ਨਹੀਂ ਮੈਮ ਅਰੇ ਵਿਆਹ ਨੂੰ ਕੋ ਦੇਣਾ ਨਹੀਂ ਕਰਿਆ ਹਨਾਂ ਜਿਹੜੇ ਕੋ ਵਿਆਹ ਚ ਫੈਮਿਲੀ ਨਹੀਂ ਹੁੰਦੀ ਉਹ ਆਕੀ ਕਿਸੇ ਚ ਐਟੀਟਿਊਡ ਹੈ ਨਹੀਂ ਮੈਨਾਂ ਕਿਸੇ ਚ ਹਾਲੇ ਕਿ ਮੈ ਰਿਸ਼ੀ ਮੈਮ ਤੋਂ ਜਦ ਮੈਂ ਕਰੈਕਟਰ ਦੇਖਦੀ ਸੀਗੀ ਉਹਨਾਂ ਦਾ ਫਿਲਮਾਂ ਚ ਤੇ ਮੈਂ ਬੜੀ ਪਹਿਲੀ ਦਿਨ ਆਈ ਜੇ ਹੋ ਕੇ ਬੈਠੀ ਬਹੁਤ ਨਹੀਂ ਹੌਲੀ ਹੌਲੀ 10 15 ਮਿੰਟਾਂ ਚ ਉਹਨਾਂ ਨੇ ਮੈਨੂੰ ਸਮਝਾਉਣਾ ਵੀ ਸ਼ੁਰੂ ਕਰਤਾ ਵੀ ਜੇ ਦਸਵੰਦਰ ਤੂੰ ਆਏ ਨੇ ਆਏ ਕਰ ਦੇ ਤੇ ਇਹ ਚੀਜ਼ਾਂ ਮੈਨੂੰ ਬਹੁਤ ਅਛੀਆਂ ਲੱਗੀਆਂ ਸੋ ਮੈਮ ਚਾਹੇ ਤੁਹਾਡਾ ਕੋਈ ਵੀ ਅਖਾੜਾ ਦੇਖ ਲਿਏ ਚਾਹੇ ਤੀਆਂ ਨੂੰ ਲੈ ਕੇ ਤੁਸੀਂ ਪ੍ਰੈਜ਼ੈਂਟ ਕੀਤਾ ਹੋਏ ਬੜਾ ਬੋਲਡਲੀ ਤੁਸੀਂ ਆਪਣੀ ਗੱਲ ਰੱਖਦੇ ਹੋ ਸਟੇਜ ਤੇ ਕੁੜੀਆਂ ਨੂੰ ਮੈਸੇਜ ਦਿੰਨੇ ਹੋ ਸੋ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਕਿਉਂਕਿ ਜਿ ਸਰਾਂ ਲੋਕ ਬਹੁਤ ਘੱਟ ਅੱਗੇ ਆਉਂਦੇ ਨੇ ਕੁੜੀਆਂ ਆਪਣੀ ਗੱਲ ਬਹੁਤ ਘੱਟ ਅੱਗੇ ਰੱਖ ਪਾਉਂਦੀਆਂ ਨੇ ਉਹਨਾਂ ਲਈ ਇਨਸਪੀਰੇਸ਼ਨ ਹੋ ਤੁਸੀਂ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਇੱਕ ਸ਼ਾਇਦ ਲੜਕੀ ਵੀ ਆਈ ਹੈ ਸਟੇਜ ਤੇ ਉਹ ਵੀ ਤੁਹਾਡੇ ਲਈ ਬਹੁਤ ਸਾਰੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਜਦੋਂ ਕੁੜੀ ਤੁਹਾਡੇ ਕੋਲੇ ਸਟੇਜ ਤੇ ਆਉਂਦੀ ਹੈ ਲਾਈਕ ਆਪਣੇ ਦਿਲ ਦੀ ਗੱਲ ਰੱਖਦੀ ਹੈ ਕਾਈਂਡ ਆਫ ਇੱਕ ਵੀਡੀਓ ਸੀ ਦੇਖੀ ਸੀ ਸ਼ਾਇਦ ਤੇ ਉਹਨਾਂ ਹਾਂਜੀ ਹਾਂਜੀ ਮੇਰੀ ਬੇਟੀ ਆ ਓਕੇ ਹਾਂ ਮੈਨੂੰ ਨੇ ਮੇਰਾ ਆਸਟ੍ਰੇਲੀਆ ਸ਼ੂ ਸੀ ਤੇ ਉਹਨੇ ਇੰਡੀਆ ਆਉਣਾ ਸੀ ਤੇ ਮੈਂ ਕਿਹਾ ਵੀ ਹੋਣਾ ਸੀ ਇਸ ਆਸਟ੍ਰੇਲੀਆ ਜਾ ਰਹੇ ਹੋ ਤੂੰ ਕੈਨੇਡਾ ਤੋਂ ਸਾਡੇ ਕੋਲ ਵੀ ਆ ਜਾ ਉਹਨੇ 10 ਦਿਨ ਲਈ ਟਾਈਮ ਕੱਢਿਆ ਸੀਗਾ ਤੇ ਉਹ ਆਈ ਤੇ ਮੈਂ ਮਤਲਬ ਮਸਤੀ ਆਪਦੇ ਸ਼ੋਅ ਚ ਤੇ ਆਪਦੇ ਪਾਪਾ ਕੋਲੇ ਪਿੱਛੇ ਖੜੀ ਸੀ ਮਤਲਬ ਉਹ ਜਿਵੇਂ ਅੱਖਾਂ ਚ ਪਾਣੀ ਨਹੀਂ ਹੁੰਦਾ ਵੀ ਮੇਰੇ ਮੰਮਾ ਗਾ ਰਹੇ ਨੇ ਬਹੁਤ ਪਿਆਰ ਮਤਲਬ ਕੁੜੀਆਂ ਨੱਚ ਰਹੀਆਂ ਬਹੁਤ ਪਿਆਰ ਮਿਲ ਰਿਹਾ ਸੀ ਤੇ ਉਹਦੇ ਪਾਪਾ ਕਹਿੰਦੇ ਤੂੰ ਆਪਦੀ ਮੰਮਾ ਕੋਲੇ ਜਾਣਾ ਚਾਹੁੰਨੇ ਫਿਰ ਕਹਿੰਦੀ ਹਾਂ ਤੇ ਪਿੱਛੋਂ ਜਦੋਂ ਆ ਗਈ ਮੈਂ ਕਿਹਾ ਰੀਆ ਅੱਛਾ ਮੈਨੂੰ ਕੀ ਨੇ ਕੀਤਾ ਹਨਾ ਤੇ ਮੈਂ ਜਦੋਂ ਆਏ ਵੇਖਿਆ ਤੇ ਮੈਂ ਮੇਰੀ ਬੇਟੀ ਮੇਰੀ ਅੱਖਾਂ ਸਾਹਮਣੇ ਸੀਗੀ ਕੀ ਆ ਛੋਦੋ ਮਾਂ ਅਬ ਦੀ ਆਗ ਨੂੰ ਸੀਨੇ ਨਾਲ ਲਾਉਂਦੀ ਨਾ ਉਹ ਕਿੰਨੀ ਠੰਡ ਪੈਂਦੀ ਹੈ ਬਾਕੀ ਪੂਰੀਆਂ ਦੁਨੀਆ ਦੀਆਂ ਮਾਮਾਂ ਇਸ ਗੱਲ ਨੂੰ ਸਮਝ ਸਕਦੀਆਂ ਨਹੀਂ ਬਿਲਕੁਲ ਸਹੀ ਕਹਿਆ ਮੈਮ ਸੋ ਜਸਵਿੰਦਰ ਬਰਾੜ ਜੀ ਦੇ ਬੂਹੇ ਕਦੋਂ ਖੁੱਲੇ ਸੀ ਜ਼ਿੰਦਗੀ ਦੇ ਮੈਂ ਜ਼ਰੂਰ ਜਾਨਣਾ ਚਾਹੂੰਗੀ ਐਂਡ ਕਿਹੜਾ ਉਹ ਮੂਮੈਂਟ ਹੈ ਜਿਹੜਾ ਤੁਹਾਨੂੰ ਅੱਜ ਵੀ ਭਾਵੁਕ ਕਰਦਾ ਮੈਨੂੰ ਲਾਈਫ ਦਾ ਮੂਮੈਂਟ ਬੂਹੇ ਬਾਰੀਆਂ ਗਾਇਕੀ ਲਾਈਨ ਚ ਖੋਲਣ ਲਈ ਆਸੇ ਪਾਸੇ ਬਹੁਤ ਮਨਾਈਆਂ ਸੀ ਹਨ ਬਹੁਤ ਚਰਚੇ ਸੀ ਪਰ ਮੇਰੇ ਮੰਮੀ ਪਾਪਾ ਅਸੀਂ ਚਾਰ ਭੈਣ ਭਰਾ ਮੇਰੇ ਬ੍ਰਦਰ ਬਿੰਦਰ ਸਿੰਘ ਬਰਾੜ ਅਸੀਂ ਸੱਤ ਮੈਂਬਰ ਸੀ ਜਿਨ੍ਹਾਂ ਨੇ ਪਹਿਲੀ ਵਾਰ ਪਿੰਡ ਚੋਂ ਉੱਠ ਕੇ ਬਠੰਡਿਆ ਕੇ ਬੂਹੇ ਬਾਰੀਆਂ ਖੋਲੀਆਂ ਸੀ ਵੀ ਨਹੀਂ ਅਸੀਂ ਕੁਝ ਕਰਨਾ ਸਾਡੇ ਘਰੇ ਕਿਹੜਾ ਕਿਸੇ ਨੇ ਕਣਕ ਸਿੱਟ ਕੇ ਜਾਣੀ ਇਹਟੜੇ ਲੋਕ ਸਲਾਹਾਂ ਦਿੰਦੇ ਆ ਵੀ ਨਹੀਂ ਜੀ ਤੁਸੀਂ ਆਹ ਕੰਮ ਨਹੀਂ ਕਰਨਾ ਆਹ ਨਹੀਂ ਕੰਮ ਕਰਨਾ ਕੰਮ ਕੋਈ ਬੁਰਾ ਨਹੀਂ ਆ ਮੈਂ ਹਮੇਸ਼ਾ ਇੱਕ ਗੱਲ ਕਹਿੰਦੇ ਹੁੰਨੇ ਆ ਵੀ ਕੰਮ ਕੋਈ ਬੁਰਾ ਨਹੀਂ ਕੋਈ ਜੌਬ ਕੋਈ ਪੇਸ਼ਾ ਬੁਰਾ ਨਹੀਂ ਉਹਨੂੰ ਇਨਸਾਨ ਆਪਦੀ ਸੋਚ ਨਾਲ ਬੁਰਾ ਬਣਾਉਂਦਾ ਹੈਨਾ ਆਪਾਂ ਆਪਦੀ ਸੋਚ ਸਹੀ ਰੱਖੋ ਤਾਂ ਉਹਨੂੰ ਹਰ ਕੰਮ ਵਧੀਆ ਲੱਗੇਗਾ ਤੇ ਉਹੇ ਬਾਰੀਆਂ ਹਲੇ ਵੀ ਮੇਰੀ ਜ਼ਿੰਦਗੀ ਚ ਬਹੁਤ ਨੇ ਇਹ ਨਹੀਂ ਬਿਹ ਹੈ ਨਹੀਂ ਜੀ ਹੈਗੀਆਂ ਪਰ ਇਸ ਮੂਵੀ ਤੋਂ ਬਾਅਦ ਹੋਰ ਜ਼ਿਆਦਾ ਚੰਗਲਾ ਹੋ ਗਿਆ ਚਾਨਣਾ ਨੇ ਹੌਸਲਾ ਆਇਆ ਵੀ ਜਿਹੜੀਆਂ ਰਹਨੀਆਂ ਖੁੰਦੀਆਂ ਬੁਹੇ ਬਾਰੀਆਂ ਉਹ ਵੀ ਖੋਲਣੀਆਂ ਤਾਂ ਮੈਨੂੰ ਪਿਆਰ ਨਾਲ ਹੀ ਖੋਲਣੀਆਂ ਪੈ ਜਾਣ। ਸੋ ਇੱਕ ਇੱਕ ਸਵਾਲ ਮੈਮ ਮੈਂ ਤੁਹਾਡੇ ਤੋਂ ਜ਼ਰੂਰ ਕਰਨਾ ਚਾਹੂੰਗੀ ਸਿੱਧੂ ਮੂਸੇਵਾਲੇ ਦੇ ਬਾਰੇ ਬਹੁਤ ਪਿਆਰ ਸੀਗਾ ਤੁਹਾਡਾ ਬੜੇ ਲਾਈਕ ਲਾਈਵ ਸ਼ੋਜ਼ ਦੇ ਵਿੱਚ ਵੀ ਤੁਸੀਂ ਉਹਨਾਂ ਦਾ ਜ਼ਿਕਰ ਕਰਦੇ ਹੋ ਜੇ ਅੱਜ ਉਹ ਤੁਹਾਨੂੰ ਦੇਖਦੇ ਇਸ ਫਿਲਮ ਦੇ ਵਿੱਚ ਤੇ ਕਿਸ ਤਰ੍ਹਾਂ ਅੰਦਰ ਰਿਸਪੌਂਸ ਮੈਂ ਤਾਂ ਕਹਿੰਨੇ ਉੱਤੇ ਬੈਠਾ ਦੇਖਦਾ ਹੀ ਹੋਵੇ। ਕੀ ਹੁਆਤਾ? ਮੈਨੂੰ ਲੱਗਦਾ ਉਹ ਮੈਨੂੰ ਹਮੇਸ਼ਾ ਹੀ ਵੇਖਦਾ। ਤੇ ਮੈਨੂੰ ਲੱਗਦਾ ਉਹ ਹਮੇਸ਼ਾ ਮੇਰੇ ਦਿਲ sire ਰੰਦਾ ਜੋ ਮੈਂ ਉਹਦੇ ਬਾਰੇ ਫੀਲ ਕਰਦੀ ਆ ਜੋ ਮੈਂ ਮਹਿਸੂਸ ਕਰਦੀ ਆ ਮੈਂ ਦੱਸਣਾ ਵੀ ਨਹੀਂ ਚਾਹਦੀ ਬਸ ਮੈਂ ਇੱਕੋ ਹੀ ਗੱਲ ਕਹਿੰਨੇ ਆ ਕਿ ਮੇਰੇ ਕੋਲ ਕੋਈ ਪਾਵਰ ਨਹੀਂ ਮਹਾਰਾਜ ਬਿਨਾਂ ਅਰਦਾਸੋਂ ਕੋਈ ਮੇਰੇ ਕੋਲ ਪਾਵਰ ਨਹੀਂ ਮੈਨੂੰ ਤੂੰ ਅੱਡੀ ਪਾਵਰ ਦਿੱਤੀ ਨਹੀਂ ਪਰ ਅਰਦਾਸ ਦੀ ਪਾਵਰ ਗੁਰੂ ਸਾਹਿਬ ਤੁਸੀਂ ਮੈਨੂੰ ਆਪ ਦਿੱਤੀ ਬਸ ਮੈਂ ਇਹ ਅਰਦਾਸ ਕਰਦੀ ਆ ਵੀ ਜੇ ਤੂੰ ਚਾਹੇ ਤਾਂ ਕੋਈ ਵੀ ਕਾਤਕ ਹੋ ਸਕਦਾ ਜੇ ਤੂੰ ਚਾਹੇ ਤਾਂ ਕੁਝ ਵੀ ਹੋ ਸਕਦਾ ਬੱਸ ਨਿੱਕੇ ਪੈਰੀ ਸਾਨੂੰ ਸਾਡਾ ਸ਼ੁਭ ਵਾਪਸ ਕਰਦੇ ਵੱਡੇ ਪੈਰੀ ਗਿਆ ਤੇ ਨਿੱਕੇ ਪੈਰੀ ਅਸੀਂ ਉਸੇ ਚ ਹੀ ਖੁਸ਼ ਹਾਂ ਕੋਈ ਮੁਲਾਕਾਤ ਉਹਨਾਂ ਦੇ ਨਾਲ ਯਾਰ ਉਹ ਬਹੁਤ ਘੱਟ ਬੋਲਦਾ ਸੀ ਬਹੁਤ ਲੇਡੀਜ਼ ਵੱਲ ਤਾਂ ਉਹ ਝਾਕਦਾ ਹੀ ਨਹੀਂ ਸੀ ਬਹੁਤ ਘੱਟ ਬਹੁਤ ਘੱਟ ਬਸ ਛੋਟਾ ਜਿਹਾ ਸੰਖੇਪ ਜਿਹਾ ਉੱਤਰ ਹੀ ਦਿੰਦਾ ਸੀ ਤੇ ਉਸ ਸੰਖੇਪ ਉੱਤਰ ਚ ਬਹੁਤ ਗੱਲਾਂ ਹੁੰਦੀਆਂ ਸੀ ਬਹੁਤ ਅਰਥ ਹੁੰਦੇ ਸੀਗੇ ਨਹੀਂ ਬਹੁਤ ਘੱਟ ਸੋ ਬੁਹੇਬਾਰੀਆਂ ਦਾ ਜ਼ਿਕਰ ਕਰ ਲੈਣਾ ਮੈਮ ਨੇ ਜਿਸ ਤਰ੍ਹਾਂ ਸਭ ਨੂੰ ਇਨਸਪਾਇਰ ਕੀਤਾ ਹੈ ਮੈਮ ਦਾ ਟ੍ਰੇਲਰ ਦੇ ਵਿੱਚ ਵੀ ਬਹੁਤ ਅੱਛਾ ਦਮਦਾਰ ਜਿਹੜਾ ਕਿਰਦਾਰ ਤੁਸੀਂ ਆਖਾੜੇ ਦੇ ਵਿੱਚ ਦੇਖ ਰਹੇ ਹੋ ਸੋ ਮੈਮ ਜਿਸ ਤਰ੍ਹਾਂ ਤੁਸੀਂ ਟ੍ਰੇਲਰ ਦੇ ਵਿੱਚ ਰੰਗ ਬੰਨੇ ਸੋ ਇੰਟਰਵਿਊ ਅਧੂਰੀ ਹੈ ਜਦ ਤੱਕ ਤੁਸੀਂ ਦੋ ਲਾਈਨਾਂ ਸਾਡੇ ਨਾਲ ਵੀ ਸ਼ੇਅਰ ਨਾ ਕਰ ਲੋ ਭਾ ਚਾਹੇ ਦੋ ਹੀ ਲਾਈਨਾਂ ਕਰੋ ਬਟ ਜ਼ਰੂਰ ਜਿਮਟੇ ਫਿਰਦੇ ਥੂੜਾ ਪੱਟ ਦੀ ਗਧਿਆਂ ਦੀ ਰਾਣੀ ਓਏ ਫਿਰਦੇ ਥੂੜਾ ਪੱਟ ਦੀ ਗਧਿਆਂ ਦੀ ਰਾਣੀ ਇਹ ਡਾਟ ਡਾ ਤੱਕ ਦੀ ਮੁੰਡਿਆਂ ਦੀ ਟਾਣੀ ਢੋਲ ਟਮਕੇ ਵਜਦੇ ਨਾਲ ਖੜ ਕੇ ਦੜਕੇ ਹਾਏ ਨਖਰ ਪਾਉਂਦੀ ਬੋਲੀਆਂ ਹੱਥ ਚਮਟਾ ਫੜ ਕੇ ਨਖਰ ਪਾਉਂਦੀ ਬੋਲੀਆਂ ਹੱਥ ਜਮੜਾ ਵੜ ਕੇ ਓਏ ਕੀ ਬਾਤ ਹੈ ਮੈਂ ਮੈਂ ਜਿਹੜੇ ਤੁਹਾਡੇ ਆ ਦਾਵਾ ਨੇ ਤੁਹਾਡਾ ਜਿਹੜਾ ਸਟਾਈਲ ਹੈ ਇਹ ਐਕਚੁਅਲ ਦੇ ਵਿੱਚ ਟ੍ਰੇਲਰ ਚ ਵੀ ਉਨਾ ਹੀ ਵਾਕਮੰਦ ਲਾਈਵ ਦੇਖ ਕੇ ਤਾਂ ਹੋਰ ਵੀ ਸੁਆਦ ਆ ਗਿਆ ਥੈਂਕ ਯੂ ਥੈਂਕ ਯੂ ਥੈਂਕ ਯੂ ਜੇ ਜਾਂਦੇ ਜਾਂਦੇ ਤੁਸੀਂ ਇਸ ਫਿਲਮ ਦੇ ਬਾਰੇ ਆਪਣੇ ਜਿਹੜੇ ਅ ਬੜੇ ਹੀ એનਰਜੈਟਿਕ ਕੈਰੈਕਟਰ ਬਾਰੇ ਕੀ ਕਹਿੰਦੇ ਅ ਬਸ ਉਹੇ ਬਾਰੀਆਂ ਮੈਂ ਇੱਕ ਗਾਣਾ ਗਾਉਣੀ ਹੈ ਪਾਕਿਸਤਾਨ ਦਾ ਉਹਦੇ ਚ ਸਾਰਾ ਕੁਝ ਹੈ ਨੀ ਲਛੀਏ ਹਾਏ ਲਛੀਏ ਐਸਾ ਦਿਲਦਾਰ ਮਿਲੇ ਜੀਦ ਕੋ ਪਿਆਰ ਮਿਲੇ ਐਸਾ ਦਿਲਦਾਰ ਮਿਲੇ ਜੀਦ ਕੋ ਪਿਆਰ ਮਿਲੇ ਕਰੀਨਾ ਕਿਸੇ ਤੇ ਤਬਾਰ ਲਛੀਏ ਨੀਲਛੀਏ ਆਏ ਲਛੀਏ ਇਹ ਉਸ ਕੱਚੀਆਂ ਦਵਾਰਾਂ ਨੂੰ ਤੇ ਪੱਕੀਆਂ ਦਵਾਰਾਂ ਨੂੰ ਵੀ ਆਪਾਂ ਤੋੜ ਸਕਦੇ ਆਂ ਵਿਸ਼ਵਾਸ ਕਰੋ ਪਰ ਇਹਨਾ ਨਾ ਕਰੀਂ ਕਿ ਆਪ ਦੇ ਆਪ ਨੂੰ ਖਤਮ ਕਰ ਲੈ ਹੈਨਾ ਤੇ ਜਦੋਂ ਆਪ ਦੇ ਆਪ ਨੂੰ ਖਤਮ ਕਰਨ ਦਾ ਟਾਈਮ ਆਇਆ ਉਦੋਂ ਫਿਰ ਉਹ ਬੁਹੇਵਾਰੀਆਂ ਖੋਲਦੀ ਉਹਨਾਂ ਕੰਡਾਂ ਨੂੰ ਤੋੜਦੀ ਲਛੀਏ ਕੀ ਬਾਤ ਹੈ ਕੀ ਬਾਤ ਹੈ ਥੈਂਕ ਯੂ ਸੋ ਮੱਚ ਮੈਮ ਐਂਡ ਬੈਸਟ ਵਿਸ਼ੇਸ ਫਾਰ ਦ ਥੈਂਕ ਯੂ ਥੈਂਕ ਯੂ 15 ਤਰੀਕ ਨੂੰ 15 ਸਤੰਬਰ ਨੂੰ ਬੂਹੇ ਬਾਰੀਆਂ ਦੇਖਣੀਆਂ ਜੀ ਤੇ ਜਿਹੜੇ ਅੱਜ ਤੱਕ ਆਪਣੇ ਬੂਹੇ ਬਾਰੀਆਂ ਨੂੰ ਨਹੀਂ ਖੋਲ ਸਕੇ ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਪਿਆਰ ਨਾਲ ਥੋੜੇ ਜਿਹਾ ਹਲੇ ਗੁੱਲੇ ਨਾਲ ਬੂਹੇ ਬਾਰੀਆਂ ਖੋਲਣ ਨਹੀਂ ਖੋਲਦੀਆਂ ਤਾਂ ਫਿਰ ਨਿਰਵਾਜ ਮੈਮ ਮਰਗਾ ਯੂ نو ਲਾਈਕ ਕਿ ਆਉਣਾ ਪੈਣਾ ਅੰਦਾਜ਼ ਨਹੀਂ ਫਿਰ ਜਿਵੇਂ ਸਾਡੀ ਟੀਮ ਬਣੀ ਹੋਈ ਹੈ ਹਨਾ 1 2 3 ਕਿਉਂਕਿ ਉਹਨਾਂ ਦਾ ਬਲੱਡ ਦਾ ਰਿਸ਼ਤਾ ਕੋਈ ਨਹੀਂ ਪਰ ਇਨਸਾਨੇ ਅੱਦਾ ਤੇ ਦਿਲ ਦਾ ਰਿਸ਼ਤਾ ਉਹ ਇੱਕ ਪਰਿਵਾਰ ਬਣ ਗਿਆ ਫਿਰ ਇੱਕ ਪਰਿਵਾਰ ਬਣਾਓ ਹੈਨਾ थैंक यू so much ਮਰੀਆ ਮੰਗੋ ओके ਸਸ ਸੋ ਐਸੀ ਜਿ ਮੇਰੇ ਨਾਲ ਜਸਵਿੰਦਰ ਬਰਾੜ ਮੈਮ ਜਿਨ੍ਹਾਂ ਦੇ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ ਹੈ ਸੋ ਬੂਹੇ ਬਾਰੀਆਂ ਜੇਕਰ ਤੁਸੀਂ ਵੀ ਖੋਲਣੀਆਂ ਨੇ ਤਾਂ ਬਈ ਤੁਹਾਨੂੰ ਵੀ ਐਫਰਟਸ ਪਾਉਣੇ ਪੈਣਗੇ ਪਿਆਰ ਨਾਲ ਬਣਾਓ ਸਭ ਕੁਝ ਹੋ ਜਾਂਦਾ ਸੋ ਫਿਲਹਾਲ ਮੈਨੂੰ ਯਾਨੀ ਕਿ ਮਨਪ੍ਰੀਤ ਨੂੰ ਦਿਓ ਇਜਾਜ਼ਤ ਕੈਮਰਾਮੈਨ ਅਨਿਲ ਦੇ ਨਾਲ ਮਨਪ੍ਰੀਤ ਖੋਲਰ ਦੈਨਿਕ ਸਵੇਰਾ ਟੀਵੀ ਚੰਡੀਗੜ